ਤਿੰਨ ਭਰਾਵਾਂ ਦੀ ਇਕਲੌਤੀ ਭੈਣ ਨੇ ਭਾਖੜਾ 'ਚ ਮਾਰੀ ਛਾਲ, ਬਚਾਉਣ ਗਏ ਇੱਕ ਭਰਾ ਦੀ ਵੀ ਹੋਈ ਮੌਤ। ਪਟਿਆਲਾ ਤੋਂ ਬਹੁਤ ਹੀ ਮੰਦਭਾਗੀ ਖਬਰ ਸਾਹਮਣੇ ਆਇਆ ਕਿ ਜਿੱਥੇ ਨਾਭਾ ਰੋਡ 'ਤੇ ਭਾਖੜਾ ਨਹਿਰ 'ਚ ਇੱਕ ਕੁੜੀ ਵੱਲੋਂ ਨਹਿਰ 'ਚ ਛਾਲ ਮਾਰ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਗਈ। ਇਸ ਦੌਰਾਨ ਕੁੜੀ ਨੂੰ ਬਚਾਉਣ ਲਈ ਉਸ ਦੇ ਤਿੰਨ ਭਰਾਵਾਂ ਨੇ ਵੀ ਨਹਿਰ 'ਚ ਛਾਲ ਮਾਰ ਦਿੱਤੀ, ਪਰ ਇਸ ਦੌਰਾਨ ਇੱਕ ਭਰਾ ਦੀ ਮੌਤ ਹੋ ਗਈ। ਮੌਕੇ 'ਤੇ ਗੋਤਾਖੋਰਾਂ ਵੱਲੋਂ ਦੋਵਾਂ ਦੀ ਭਾਲ ਕੀਤੀ ਜਾ ਰਹੀ ਹੈ। ਸੂਚਨਾ ਮਿਲੀ ਹੈ ਕਿ ਭੈਣ ਦੀ ਲਾਸ਼ ਬਰਾਮਦ ਕਰ ਲਈ ਗਈ ਹੈ, ਜਦਕਿ ਭਰਾ ਬਾਰੇ ਅਜੇ ਤੱਕ ਕੁਝ ਨਹੀਂ ਪਤਾ ਅਤੇ ਉਸ ਦੀ ਭਾਲ ਕੀਤੀ ਜਾ ਰਹੀ ਹੈ। ਜਾਣਕਾਰੀ ਅਨੁਸਾਰ ਇਹ ਪਰਿਵਾਰ ਪਟਿਆਲਾ ਤੋਂ ਟਕਾਲਾ ਰੋਡ ਦੇ ਪਿੰਡ ਰਵਾਸ ਦਾ ਰਹਿਣ ਵਾਲਾ ਹੈ। ਘਟਨਾ ਪਟਿਆਲਾ ਦੇ ਨਾਭਾ ਰੋਡ ਸਥਿਤ ਭਾਖੜਾ ਨਹਿਰ 'ਤੇ 11 ਵਜੇ ਦੀ ਹੈ, ਜਿੱਥੋਂ ਤਿੰਨ ਭਰਾਵਾਂ ਦੀ ਇਕਲੌਤੀ ਭੈਣ ਨੇ ਨਹਿਰ ਵਿੱਚ ਛਾਲ ਮਾਰ ਦਿੱਤੀ ਸੀ। ਇਸ ਦੌਰਾਨ ਕੁੜੀ ਨੂੰ ਬਚਾਉਣ ਦੇ ਲਈ ਉਸ ਦੇ ਤਿੰਨ ਭਰਾਵਾਂ ਨੇ ਵੀ ਭਾਖੜਾ ਨਹਿਰ 'ਚ ਛਾਲ ਮਾਰ ਦਿੱਤੀ। ਆਸ ਪਾਸ ਦੇ ਲੋਕਾਂ ਵੱਲੋਂ ਪਤਾ ਲੱਗਣ 'ਤੇ ਤੁਰੰਤ ਭੱਜ ਦੌੜ ਕੀਤੀ ਗਈ ਅਤੇ ਦੋ ਨੌਜਵਾਨਾਂ ਨੂੰ ਤਾਂ ਬਾਹਰ ਕੱਢ ਲਿਆ, ਪਰ ਭੈਣ ਦੇ ਨਾਲ ਇੱਕ ਭਰਾ ਦੀ ਨਹਿਰ 'ਚ ਡੁੱਬਣ ਕਾਰਨ ਮੌਤ ਹੋ ਗਈ। ਮ੍ਰਿਤਕ ਕੁੜੀ ਦੀ ਪਹਿਚਾਣ ਲਵਪ੍ਰੀਤ ਕੌਰ, ਉਮਰ 27 ਸਾਲ ਵਜੋਂ ਹੋਈ ਹੈ, ਜਦਕਿ ਮੁੰਡੇ ਦੀ ਪਛਾਣ ਮੋਹਨ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਕੁੜੀ ਘਰ ਦੇ ਵਿੱਚ ਛੋਟੀ ਜਿਹੀ ਲੜਾਈ ਨੂੰ ਲੈ ਕੇ ਭਾਖੜਾ ਦੇ ਉੱਪਰ ਪਹੁੰਚ ਗਈ ਸੀ, ਜਿਸ ਨੂੰ ਲੱਭਦੇ ਲੱਭਦੇ ਜਦੋਂ ਉਸਦੇ ਭਰਾ ਭਾਖੜਾ 'ਤੇ ਪਹੁੰਚੇ ਤਾਂ ਕੁੜੀ ਨੇ ਅਚਾਨਕ ਛਾਲ ਮਾਰ ਦਿੱਤੀ। ਮੌਕੇ 'ਤੇ ਲੋਕਾਂ ਨੇ ਗੋਤਾਖੋਰਾਂ ਦੀ ਮਦਦ ਨਾਲ ਭੈਣ ਦੀ ਲਾਸ਼ ਨੂੰ ਬਰਾਮਦ ਕਰ ਲਿਆ, ਜਦਕਿ ਨੌਜਵਾਨ ਬਾਰੇ ਅਜੇ ਕੁਝ ਇੱਥੋਂ ਪਤਾ ਨਹੀਂ ਲੱਗਿਆ ਹੈ। ਬੇਟਾ ਬੇਟੀ ਤੇ ਦੋਨੋਂ ਬੇਟਾ ਬੇਟੀ ਤੇ ਕੋਈ ਗਲਤ ਨਹੀਂ ਸੀ ਵੀ ਜੇ ਕੋਈ ਲੜ ਕੇ ਆਏ ਨੇ ਘਰਾਂ ਤੋਂ, ਨਾ ਮੈਨੂੰ ਇਹਨਾਂ ਬਾਰੇ ਕੋਈ ਪਤਾ ਵੀ ਕੀ ਗੱਲਬਾਤ ਹੈ, ਬੇਟੀ ਨੇ ਕੀ ਮਨ 'ਚ ਗੱਲਬਾਤ ਰੱਖੀ ਹੋਈ ਸੀ, ਨਾ ਉਹ ਆਪਾਂ ਨੂੰ ਕੁਛ ਨਹੀਂ ਪਤਾ। ਕਾਰਨ ਕੀ ਮੰਨਦੇ ਹੋ ਇਤਨਾ ਵੱਡਾ ਸਟੈਪ ਚੱਕਿਆ ਜਿਹੜਾ ਭਾਖੜਾ ਵਿੱਚ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ? ਨਹੀਂ ਸਟੈਪ ਚੱਕਿਆ, ਕੋਈ ਸਟੈਪ ਚੱਕਣ ਵਾਲਾ ਕੋਈ ਮਾਮਲਾ ਹੈ ਨਹੀਂ ਤਾਂ ਇਹੋ ਜਿਹਾ। ਘਰਾਂ ਤਿਆਰੀਆਂ ਚੱਲ ਰਹੀਆਂ ਵਿਆਹ ਦੀਆਂ, ਇਹੀ ਕੁੜੀ ਦੀਆਂ ਨਹੀਂ ਬੇਟੇ ਦੀਆਂ, ਇਹਦੇ ਇਹਦੇ ਬਾਰੇ ਬੇਟਾ ਦੇਖ ਰਹੇ ਤੇ ਅਸੀਂ, ਸਾਨੂੰ ਅਜੇ ਕੋਈ ਭਾਲ ਚਾਲ ਮਿਲੀ ਨਹੀਂ ਕਿਤੋਂ। ਕੁੜੀ ਤਾਂ ਕੋਈ ਕਾਲਜ ਆਈ, ਦੇਖੋ ਇਹਦੇ ਬਾਰੇ ਮੈਨੂੰ ਨਹੀਂ ਪਤਾ ਕੁਛ। ਨਹੀਂ ਇਹ ਪਿੰਡ ਦੇ ਸਕੂਲ ਚ ਪੜ੍ਹਾਉਂਦੀ ਆ ਬੱਚਿਆਂ ਛੋਟਿਆਂ ਨੂੰ ਪ੍ਰਾਇਮਰੀ ਚ। ਹਾਂ ਪਟਿਆਲੇ ਕੁਝ ਦੱਸ ਕੇ ਆਇਆ ਸੀ ਕਿ ਪਟਿਆਲੇ? ਨਹੀਂ ਇਹ ਦੇਖੋ ਜੀ ਘਰਾਂ ਬੱਚਿਆਂ ਨੂੰ ਪਤਾ, ਘਰਾਂ ਬੱਚਿਆਂ ਨੂੰ ਪਤਾ, ਉਹਨਾਂ ਨੂੰ ਦੱਸ ਕੇ ਹੀ ਹੋਣੀ, ਮੇਰੇ ਨਾਲ ਕੋਈ ਫਾਲਤੂ ਗੱਲਬਾਤ। ਤੁਹਾਨੂੰ ਕਿੰਨੇ ਵਜੇ ਇਤਲਾਹ ਮਿਲੇਗੀ ਤੁਹਾਡੀ? ਮੈਨੂੰ ਕੋਈ 10:30 ਵਜੇ, 10:30 ਵਜੇ। ਅੱਛਾ ਮੁੰਡੇ ਦੀ ਡੈੱਡ ਬੋਡੀ ਮਿਲੀ ਹੈ? ਨਹੀਂ ਮਿਲੀ ਜੀ, ਭਾਲ ਜਾਰੀ ਆ ਨਾ ਹੁਣੇ ਜਾਰੀ। ਹਾਂ ਜੀ, ਤੇ ਪੁਲਿਸ ਨੂੰ ਫੋਨ ਕੀਤਾ ਜੀ? ਉਹ ਕਰਿਆ ਹੋਇਆ ਜੀ। ਕਿੱਦਾਂ ਦੀ ਹੁਣ ਕਾਰਵਾਈ ਦੀ ਮੰਗ ਕਰਦੇ ਤੁਸੀਂ? ਨਹੀਂ ਕਿੱਦਾਂ ਕਾਰਵਾਈ ਤੱਕ ਤੁਹਾਨੂੰ, ਅਸੀਂ ਕਹਿੰਦੇ ਸਾਨੂੰ ਡੈੱਡ ਬੋਡੀ ਮਿਲ ਜੇ ਬਸ, ਅਸੀਂ ਕੀ ਕਾਰਵਾਈ ਕਰਨੀ ਜੀ? ਚਾਰ ਸਾਲ ਹੋ ਗਏ, ਉਹ ਤਾਂ ਜਦੋਂ ਹੀ ਹੋ ਗਿਆ ਤੀ, ਉਹ ਤਾਂ ਨਾਲ 18 ਦਿਨਾਂ ਬਾਅਦ।